ਹਾਂਜੀ ਦੋਸਤੋ, ਕਿੱਦਾਂ ਸਾਰੇ ਹੋਪਸ ਸਾਰੇ ਠੀਕ ਹੋਣਗੇ। ਅਤੇ ਅੱਜ ਦੀ ਆਪਣੀ ਵੀਡੀਓ ਹੋਣ ਵਾਲੀ ਜਸਕੀਰਤ ਮਾਨ 'ਤੇ। ਜਸਕੀਰਤ ਮਾਨ ਹੋਏ ਸੀ ਲਾਈਵ 'ਤੇ, ਉਹਨਾਂ ਨੇ ਸਿੱਧੂ ਮੂਸੇਵਾਲੇ ਬਾਰੇ ਬਹੁਤ ਕੁਝ ਬੋਲਿਆ ਹੈ। ਕਿਸੇ ਨੇ ਵੀ ਸਿੱਧੂ ਮੂਸੇਵਾਲੇ ਦੇ ਨਾਲ ਸਟੈਂਡ ਨਹੀਂ ਲੈਤਾ ਉਹਨਾਂ ਦਾ। ਅਤੇ ਜੇ ਆਪਣੀ ਵੀਡੀਓ ਤੁਹਾਨੂੰ ਵਧੀਆ ਲੱਗਦੀ ਹੈ, ਵੀਡੀਓ ਨੂੰ ਜ਼ਰੂਰ ਕਰ ਦਿਓ ਲਾਈਕ ਅਤੇ ਚੈਨਲ ਜ਼ਰੂਰ ਕਰ ਲਿਓ ਸਬਸਕ੍ਰਾਈਬ। ਹੋ ਆ ਮੇਰੀ ਲਾਈਫ ਨਾਲ ਵੀ ਕੁਛ ਨਹੀਂ ਜਾਣਾ, ਮੈਂ ਕਦੀ ਬੋਲਿਆ ਤਾਂ ਨਹੀਂ ਇੱਦਾਂ, ਪਰ 4-5 ਦਿਨ ਹੋ ਗਏ ਬਸ ਮੇਰਾ ਦਿਲ ਕਰਦਾ ਸੀ ਵੀ ਮੈਂ ਲਾਈਵ ਹੋਵਾਂ। ਵੀ ਮੈਨੂੰ ਬੜੀ ਆ ਖੁੰਦ ਗਿਆ ਚੀਜ਼ ਦੀ ਵੀ ਜਿਹੜੇ ਲੋਕ ਇੱਦਾਂ ਕਰਦੇ ਆ ਅਤੇ ਕੁਛ ਬੋਲਾਂ। ਹੋਰ ਤਾਂ ਆਪਾਂ ਕੀ ਕਰ ਸਕਦੇ ਹਾਂ ਵੀ ਕਰ, ਪਰ ਬੋਲਾਂ ਕਿਉਂਕਿ ਆ ਜਿੰਨਾ ਵੀ ਜਾਣਾ ਕੋਈ ਮੈਂ ਖੱਟਿਆ ਆਪਣੀ ਲਾਈਫ 'ਚ ਜਿਹੜੇ ਮੈਨੂੰ ਉਹਨਾਂ ਲਈ ਬੋਲਾਂ। ਜਿੱਦਣੇ ਕੰਮ ਹੋਇਆ ਨਾ ਰਾਤੀ ਬੜਾ ਹੋਰ ਤਰ੍ਹਾਂ ਦਾ ਮੂਡ ਸੀ ਅਤੇ ਮੈਂ ਸੋਚਿਆ ਵੀ ਹੈ ਨਾ ਮੈਂ ਕੋਈ ਗੀਤ ਲਿਖਾਂ, ਗਾਣਾ ਲਿਖ ਕੇ ਅਤੇ ਮੈਂ ਇੱਥੇ ਪਾਊਂਗਾ। ਉਹ ਵੀ ਮੈਂ ਆਹ ਸੋਚ ਕੇ ਛੱਡਤਾ ਵੀ ਯਾਰ ਜੇ ਮੈਂ ਹੁਣ ਪਾਇਆ ਤਾਂ ਲੋਕਾਂ ਨੂੰ ਲੱਗਣਾ ਵੀ ਫੇਮ ਲਈ ਜਾਂ ਵੀ ਪਤਾ ਚੱਲ ਜਾਣਾ ਜਾਂ ਪੈਸਾਂ ਲਈ ਤਾਂ ਪਾਉਂਦੇ ਪਏ ਆ, ਤਾਂ ਕਰਕੇ ਆਪਾਂ ਉਹ ਵੀ ਚੀਜ਼ ਛੱਡਤੀ। ਇਹ ਸਾਰੇ ਲੋਕ ਵੀ ਸੋਚਦੇ ਹੀ ਆ, ਪਰ ਐਡੇ ਕੁ ਬੇਗੈਰਤੇ ਆ ਕਈ ਇੱਥੇ ਵੀ ਉਹ ਵਲੌਗ ਪਾਉਂਦੇ ਪਏ ਆ, ਐਡਾ ਲਾਉਂਦੇ ਪਏ ਆ। ਇੱਕ ਵਲੌਗ ਦੀ ਆ ਵੀ ਕਿਸੇ ਦਾ ਸਿਚੁਏਸ਼ਨ ਵਿਖਾਉਣੀ, ਉਹਨੂੰ ਕਹੀਦਾ ਪੱਤਰਕਾਰੀ। ਜਿਹੜੇ ਆਪਣੇ ਉੱਦਾਂ ਹੀ ਟ੍ਰੈਂਡ ਸ਼ੁਰੂ ਹੋ ਗਿਆ ਵਲੌਗ ਪਾ ਤਾ, ਵਲੌਗ ਹੁੰਦਾ ਕਿਸੇ ਚੀਜ਼ ਦੀ ਨੌਲੇਜ ਦਾ। ਆਪਾਂ ਕਿਤੇ ਘੁੰਮਣ ਚੱਲੇ ਹਾਂ ਆਪਾਂ ਵਲੌਗ ਪਾ ਕੇ ਵਿਖਾ ਸਕਦੇ ਹਾਂ ਵੀ ਇੱਥੇ ਰਹੋ, ਇੱਥੇ ਇੱਦਾਂ ਪੈਸੇ ਆ ਇੱਦਾਂ, ਤਾਂ ਕਿ ਅੱਗੇ ਬੰਦੇ ਨੂੰ ਹੈਲਪ ਹੋਵੇ। ਕਿਸੇ ਦੇ ਅੰਤਿਮ ਸੰਸਕਾਰ 'ਤੇ ਤੁਸੀਂ ਕੀ ਹੈਲਪ ਕਰ ਲਉਂਗੇ ਉਹਦਾ ਵਲੌਗ ਵਿਖਾ ਕੇ ਵੀ? ਸਭ ਨੂੰ ਪਤਾ ਹੀ ਆ ਵੀ ਕੀ ਕਿਹਦਾ ਹੁੰਦਾ। ਆਪਾਂ ਤਾਂ ਅੰਗਰੇਜ਼ਾਂ ਤੋਂ ਵੀ ਗਾਂਹ ਨਿਕਲ ਗਏ ਹਾਂ। ਕਿਸੇ ਦਾ ਵਿਆਹ ਹੋਵੇ ਤਾਂ ਵਲੌਗ, ਕਿਸੇ ਦਾ ਡਿਵੋਰਸ ਹੋ ਜਾਵੇ ਤਾਂ ਵਲੌਗ, ਕੋਈ ਮਰ ਗਿਆ ਤਾਂ ਵਲੌਗ, ਕੋਈ ਜੰਮਿਆ ਤਾਂ ਵਲੌਗ। ਗੱਲ ਇਹੋ ਹੀ ਆ ਭਰਾ ਵੀ ਕੋਈ ਕਿਸੇ ਨਾਲ ਨਹੀਂ ਜੇ ਖਲੋਂਦਾ, ਬੰਦਾ ਆਪਣੇ ਆਪ ਦੇ ਆਪ ਸਿਰੋਂ ਆ, ਹੈ ਨਾ। ਉੱਦਣ ਉਹ ਅਗਲਾ ਬੰਦਾ ਜਿਹੜਾ ਗਿਆ ਆ ਉਹੀ ਆਪਣੇ ਆਪ ਨੂੰ ਬਚਾ ਸਕਦਾ ਸੀ ਅਤੇ ਉਹੀ ਆਪਣਾ ਸਟੈਂਡ ਲੈ ਸਕਦਾ ਸੀ। ਜਿੰਨਾ ਦੇਰ ਅਗਲਾ ਰਿਹਾ ਅਗਲਾ ਆਪਦਾ ਸਟੈਂਡ ਲੈਂਦਾ ਰਿਹਾ, ਉਹ ਆਪ ਦੀ ਜ਼ਰੂਰਤ 'ਤੇ ਬੰਦਾ ਖਲੋਤਾ ਸੀ, ਕੋਈ ਕਿਸੇ ਨੂੰ ਨਹੀਂ ਖਿਲਾਰਦਾ ਹੁੰਦਾ। ਉਹ ਬੰਦਾ ਗਿਆ ਅਤੇ ਹੁਣ ਸਾਰੇ ਫਾਇਦਾ ਹੀ ਚੁੱਕਦੇ ਪਏ ਆ, ਜਾ ਕੇ ਆਪ ਦਾ ਵੇਖਦੇ ਪਏ ਆ, ਹੈ ਨਾ। ਬਸ ਹੁਣ ਬਹੁਤਾ ਕੀ ਬੋਲੀ ਜਾਵਾਂ, ਗੱਲ ਤਾਂ ਅਸਲ 'ਚ ਕੋਈ ਵੀ ਨਹੀਂ ਹੈਗੀ ਕਹਿਣ ਨੂੰ, ਕੋਈ ਮੁੱਦੇ ਦਾ ਅੰਤ ਤਾਂ ਆਉਣਾ ਨਹੀਂ। ਬਸ ਮੇਰਾ ਦਿਲ ਕੀਤਾ ਅਤੇ ਮੈਂ ਤਾਂ ਲਾਈਵ ਹੋ ਗਿਆ, 4 ਕੁ ਗੱਲਾਂ ਕਹੀਆਂ। ਬਾਕੀ ਆਪਾਂ ਸਿਆਸਤੀ ਮੈਨੂੰ ਕੁਛ ਨਹੀਂ ਪਤਾ, ਨਾ ਆਪਾਂ ਐਡੇ ਸਿਆਣੇ ਹੈਗੇ ਵੀ ਕਿੰਨੇ ਮਰਾਇਆ, ਕੀ ਕੀਤਾ, ਕਿਹੜੀ ਸਰਕਾਰ ਦਾ ਹੱਥ ਆ, ਕੀ ਹੈਗਾ ਅਤੇ ਕੀ ਨਹੀਂ, ਇਹ ਤਾਂ ਆਪਾਂ ਕੋਈ ਵੀ ਨਹੀਂ ਜਾਣਦੇ। ਆਪਾਂ ਲਾ ਸਕਦੇ ਹਾਂ ਤੁੱਕੇ, ਕਈ ਲੋਕ ਉੱਥੇ ਜਾ ਕੇ, ਹੈ ਨਾ। ਹੁਣ ਕਾਂਗਰਸ ਵਾਲੇ ਜਾ ਕੇ ਕਹੀ ਜਾਣਗੇ ਆਪ ਦੀ ਗਲਤੀ ਆ, BJP ਵਾਲੇ ਆ ਕੇ ਕਹਿ ਦੇਣਗੇ ਕਾਂਗਰਸ ਦੀ ਗਲਤੀ ਆ। ਇਹ ਬੰਦਿਆਂ ਨੂੰ ਤਾਂ ਸੁਣਨਾ ਹੀ ਨਹੀਂ ਚਾਹੀਦਾ ਮੇਰੇ ਹਿਸਾਬ ਨਾਲ, ਕਿਉਂਕਿ ਇੱਥੇ ਜਿਹਨਾਂ ਦਾ ਮਰਿਆ ਵਾ ਉਹਨਾਂ ਨੂੰ ਹੀ ਪਤਾ। ਬਾਕੀ ਕਈ ਜਾਣੇ ਆਪਣੇ ਫਾਇਦੇ ਨੂੰ ਜਾਂਦੇ ਪਏ, ਕਈ ਜਾਣੇ ਆਪਣੀ ਵੋਟਾਂ ਨੂੰ, ਕਈ ਵਲੌਗਾਂ ਲਈ, ਕਈ ਕਿਸੇ ਚੀਜ਼ ਲਈ, ਕਈ ਕਿਸੇ